ਆਪਾਂ ਵਿੱਚ ਵੀ ਉਹ ਕਿਤੇ ਨਾ ਕਿਤੇ ਉਹ ਬੋਲਦੇ ਰਹੇ ਨੇ। ਉਹ ਦੇਖੋ ਤੇ ਵੀ ਕਹਿੰਦੇ ਨੇ ਵੀ ਪੌਣੀ 200 ਦੇ ਵਿੱਚੋਂ 200 ਮਾਰਿਆ ਗਿਆ ਸਾਡਾ ਫੌਜੀ ਬਾਅਦ ਦੇ ਵਿੱਚ ਤੇ ਬੜਾ ਕੁਝ ਨਿਕਲਿਆ। ਇੰਟਰਵਿਊਜ ਨੇ ਉਹਨਾਂ ਦੀਆਂ, ਉਹ ਮੰਨਣ ਨਾ ਮੰਨਣ, ਪਰ ਜੋ ਸੱਚਾਈ ਹੈ, ਸੱਚਾਈ ਇਹ ਹੈ ਕਿ ਜਦੋਂ ਇਹ ਸਾਰਾ ਕੁਝ ਵਰਤਾਰਾ ਵਰਤ ਗਿਆ, ਜਿਹੜਾ ਅੰਦਰ ਬੜੇ ਜਿੱਧਰੋਂ ਬੜੇ ਕਰਦੀ ਗੋਲੀ ਆਵੇ ਪੁੱਠਾ ਕਰਕੇ ਸੁੱਟਣ, ਵੱਢ ਵੱਢ ਕੇ ਸੱਥਰ ਵਿਛਾਉਣ ਵਾਲੀ ਗੱਲ ਹੋ ਗਈ। ਜਿਵੇਂ ਜੱਟ ਮਾਰ ਮਾਰ ਗਰਾਸੇ ਗੱਲਾਂ ਮੁੱਢੋਂ ਵੱਢਦਨ, ਇਹ ਤਾਂ ਭਰੀਆਂ ਬਣ ਬਣ ਕੇ ਜਿਵੇਂ ਧਰਤੀਏ। ਪਰ ਉਹ ਕੀ ਕਹਿੰਦੇ, ਕਹਿੰਦੇ ਸੱਜਿਓਂ ਗੋਲੀ, ਖੱਬਿਓਂ ਗੋਲੀ, ਅੱਗਿਓਂ ਗੋਲੀ, ਪਿੱਛਿਓਂ ਗੋਲੀ। ਤੇ ਸੁਣੀ, ਉਹ ਜੇ ਕੋਈ ਪੋਜੀਸ਼ਨ ਲੈ ਕੇ ਧਰਤੀ ਤੇ ਪਿਆ ਨਾ, ਧਰਤੀ ਵਿੱਚੋਂ ਵੀ ਤਾਂ ਨੂੰ ਗੋਲੀਆਂ ਚੜਾਈ ਜਾਂਦੇ ਸੀ। ਇਹ ਪਤਾ ਨਹੀਂ ਕਿੱਦਾਂ ਕਰੀ ਜਾਂਦੇ ਸੀ, ਇਹੋ ਜਿਹੇ ਮੋਰਚੇ, ਇਹੋ ਜਿਹੀ ਟ੍ਰੇਨ ਆਂਦੇ ਕਿਸੇ ਫੌਜ ਦੇ ਵਿੱਚ ਨਹੀਂ ਵੇਖੀ। ਜਨਰਲ ਸਵੇਗ ਸਿੰਘ ਜੀ ਵੀਰੋ, ਜਿਹਦੇ ਨਾਲ ਇਨਸਾਫ ਰੱਖਾਂਗੇ, ਉਸ ਦੀ ਬੜੀ ਵੱਡੀ ਕੁਰਬਾਨੀ ਹੈ। ਜਿਹਨੇ ਦੇਸ਼ ਦੇ ਲਈ ਇੱਕ ਨਹੀਂ ਕਿੰਨੀਆਂ ਜੰਗਾਂ ਲੜੀਆਂ, ਜੋ ਬਹੁਤ ਵਿਸਥਾਰ ਵਿੱਚ ਚਲਿਆ ਗਿਆ, ਨਿੱਤੇ ਪੜਿਓ ਉਹ ਵੀਰ ਦੀ, ਉਸ ਯੋਧੇ ਦੀ ਏਡੀ ਵੱਡੀ ਕੁਰਬਾਨੀ। ਮਾਮੂਲੀ ਜਿਹਾ ਗਿਫਟ, ਅੱਗੇ ਜੀ ਇਹਨੇ ਗਿਫਟ ਲਿਆ, ਇਹਨੇ ਰਿਸ਼ਵਤ ਲਈ ਆ, ਤੇ ਇੱਕ ਦਿਨ ਰਿਟਾਇਰਮੈਂਟ ਤੋਂ ਪਹਿਲਾਂ, ਰਿਟਾਇਰਮੈਂਟ ਤੋਂ ਪਹਿਲਾਂ ਇੱਕ ਦਿਨ ਉਸਨੇ ਡਿਸਮਿਸ ਕਰ ਦੇਣਾ। ਕਿੱਦਾਂ ਵੱਡਾ ਧੱਕਾ ਕੀਤਾ, ਜਲੀਲ ਹੀ ਕਰਦੇ ਕਿ ਕਾਰਨ ਕੀ। ਔਰ ਹਰੀ ਨਾਰਾਇਣ ਜਿਹਾ ਜਿਹੜਾ ਇੰਦਰਾ ਗਾਂਧੀ ਦਾ ਵਿਰੋਧੀ ਸੀ, ਆਦੀ ਉਹਨੂੰ ਫੜ ਕੇ ਫੌਜ ਅੰਦਰ ਕਰੇ, ਤੇ ਜਨਰਲ ਸਾਹਿਬ ਉਸ ਇਲਾਕੇ ਦੇ ਵਿੱਚ ਇੰਚਾਰਜ ਸੀ, ਕਹਿੰਦੇ ਫੌਜ ਦਾ ਕੰਮ ਨਹੀਂ ਹੈ ਬੀਬੀ, ਕੰਮ ਪੁਲਿਸ ਦੇ ਨੇ ਉਹਨਾਂ ਕੋਲੋਂ ਕਰਵਾਓ। ਆਦੀ ਉਹਨਾਂ ਨਾਲ ਰਲ ਗਈ, ਕਹਿੰਦਾ ਫਿਰ ਮੈਂ ਕੰਮ ਨਹੀਂ ਕਰ ਸਕਦਾ, ਫੌਜ ਇਹਨਾਂ ਕੰਮਾਂ ਲਈ ਨਹੀਂ ਹੁੰਦੀ। ਉਹ ਜਿਹਦੇ ਨੇ ਜਲੀਲ ਕੀਤਾ ਗਿਆ, ਪਰ ਜਦੋਂ ਇੱਥੇ ਤੇ ਉਹਨੇ ਵੀ ਕਰਾਰੇ ਹੱਥ ਲੋਹੇ ਦੇ ਚਾਈ ਚਵਾ ਕੇ ਗੁਰਮੁਖ ਪਿਆਰੇ ਉਧਰ ਇਹਨੂੰ ਪਾਉਣੀ ਸ਼ੁਰੂ ਕਰਦੇ। ਕਾਰ ਸੇਵਾ ਵਾਲੇ ਬਾਬੇ ਸੱਜ ਬੈਠੇ ਨੇ, ਕਾਰ ਸੇਵਾ ਵਾਲੇ ਵੀ 45 ਤੋਂ 48 ਹਜ਼ੂਰ ਸਾਹਿਬ ਤੋਂ ਆਏ, ਜਿਹਨਾਂ ਦੇ ਵਿੱਚੋਂ 2-4 ਬਚੇ, ਬਾਕੀ ਸਾਰੀ ਸ਼ਹੀਦ ਹੋ ਗਿਆ। ਕਾਰ ਸੇਵਾ ਵਾਲੇ ਵੱਡੇ ਮੋਰਚੇ ਲੱਗੇ, ਖੈਰ ਖਾਲਸਾ ਜੀ ਨਾ ਤੱਕਿਓ ਜਰਾ, ਹੁਣ ਤੈਨੂੰ ਸੰਤ ਗਿਆਨ ਦੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨਾਮ ਦੇ। ਹੁਣ ਇਹਨਾਂ ਨੇ ਹੈਲੀਕਾਪਟਰ ਦੇ ਰਾਹੀਂ ਜਦੋਂ ਤਾਰਨੇ ਸ਼ੁਰੂ ਕੀਤੇ, ਕਮਾਂਡੋ ਵਿਸ਼ੇਸ਼ ਜਿਹਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਗਈਆਂ, ਇੱਕੇ ਕਰਕੇ ਉਤਰੇ ਨਹੀਂ, ਗੋਲੀਆਂ ਮਾਰ ਕੇ ਪੁੱਠੇ ਕਰ ਕਰਕੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੇ ਸੁੱਟ ਦਿੱਤੇ। ਤੇ ਉਹ ਸੁੱਟੇ ਪੁੱਠੇ ਕਰ ਕਰਕੇ ਜਨਰਲ ਬਰਾੜ ਆਪ ਕਹਿੰਦਾ, ਇਹਨਾਂ ਮੈਂ ਰਾਬਤਾ ਕੀਤਾ ਦਿੱਲੀ ਦੇ ਵਿੱਚ, ਜਦੋਂ ਦੱਸਿਆ ਮੈਡਮ ਆਏ ਅਸੀਂ ਮਾਰਨ, ਲੱਗਦਾ ਆਪ ਹੀ ਮਾਰੇ ਜਾਵਾਂਗੇ। ਹਾਂਜੀ ਕੀ ਹੋ ਗਿਆ? ਆਂਦਾ ਘਬਰਾ ਗਈ ਨੀ, ਕੀ ਹੋਇਆ? ਲੱਗਦਾ ਨਕਸ਼ਾ ਕਵੀ ਨੇ ਖਿੱਚਿਆ। ਕਹਿੰਦੇ ਉਹ ਦੱਸ ਰਹੇ ਬੀਬੀ, ਉਹਦਾ ਚਿੱਤ ਕਦੇ ਕੰਮ ਤੇ ਕਦੇ ਮਾਂ, ਕਦੇ ਉੱਪਰ ਤੇ ਕਦੇ ਥੱਲੇ, ਉਹਨੂੰ ਆਪਣੀ ਜਾਨ ਦੇ ਲੈਣੇ ਪੈ ਗਏ। ਗੁਰੂ ਪਿਆਰਿਓ ਇਤਬਾਰ ਕਹਿੰਦਾ ਸੁਣ ਕੇ ਗੱਲ ਬਰਾੜ ਦੀ ਇਤਰਾ ਹੋ ਗਈ ਸੀ, ਉਹਨੂੰ ਕਹਿੰਦੀ ਫੂਕ ਤੇ ਦੱਸਿਆ, ਬੀਬੀ ਮਾਫ਼ ਕਰੀ, ਤਕਸੀਰ ਨਹੀਂ ਜਿਹੜੇ ਕਮਲੀ ਮੈਨੂੰ ਤੋਰਿਆ, ਇਹ ਦੱਸਣਾ ਹੈ ਤਾਂ ਵੀਰ ਇੱਥੇ ਕੰਮ ਦੇ ਨਹੀਂ ਟਕਸਾਲ ਦਾ ਹੈ, ਮੁਖੀ ਬੜਾ ਬਲਬੀਰ, ਹੋਰ ਸਿਰ ਤੇ ਪਟਕਾ ਕੇਸਰੀ ਤੇ ਉਹਦਾ ਪੱਕਾ ਤੇ ਸਰੀਰ ਚਿੱਤਰ ਪੈਂਦਾ ਬਿਜਲੀ ਦੀ ਕੱਟਦੀ ਹੱਥੀ ਜਾਂਦਾ ਧੀਰ, ਉਹਨੇ ਤੇ ਤੇ ਗੋਰ ਕੇ ਗੋਗਵਾਣੀ ਸਾਹਿਬ ਵੱਡੇ ਜਿਹੜਾ ਲੋਕ ਲਾਣਾ ਦੇ ਕੇ ਤੋਰਿਆ ਨਾ, ਕੋਈ ਅੰਦਰ ਵੀ ਜਾਂਦਾ ਹਾਂ।
ਨਹੀਂ ਆ ਕੇ ਜਾਏਗੀ ਕਹਿੰਦੀ ਕਿਉਂ ਕਹਿੰਦਾ ਉਹ ਕਹਿੰਦੇ ਵੀ ਅੰਦਰ ਵੜਦਿਆਂ ਨੂੰ ਢੋਡੀ ਗੱਡੀ ਚਾੜੀ ਦਿੰਦਿਆਂ ਨੇ ਇਹਨਾਂ ਕੋਲ ਲਾਲਚ ਦੋ ਸਤਾਰ ਮਿਲੇਗੇ ਬੜੇ ਬੜੇ ਰੁਤਬੇ ਮਿਲੇਗੇ ਔਰ ਤੁਹਾਨੂੰ ਪਰਮ ਵੀ ਚੱਕਰ ਮਿਲਣਗੇ ਕਹਿੰਦੇ ਤੁਸੀਂ ਪਤਾ ਨੀ ਕਦੋਂ ਦੇਣੇ ਉਹ ਤੇ ਅੰਦਰ ਜਾਂਦਿਆਂ ਨੂੰ ਦੇਈ ਜਾਂਦੇ ਆ ਕਈਆਂ ਦੇ ਮੋਢੇ ਉਹਦੇ ਲਾ ਤੇ ਉਹਨੇ ਸਟਾਰ ਉਹਦੇ ਅੰਦਰ ਜਾਂਦਿਆਂ ਨੂੰ ਧੁਰਤੀ ਗੱਡੀ ਚਾੜੀ ਜਾਂਦੇ ਆ ਫਿਰ ਕੀ ਹੁਕਮ ਹੋਇਆ ਗੁਰਮੁਖ ਪਿਆਰਿਓ ਜਿਹਨੇ ਤਖ਼ਤ ਦਿੱਤਾ ਕਹਿੰਦੀ ਉਹਦੇ ਤਖ਼ਤ ਢਾਲੋ ਪੈਂਛੀ ਬਣੀ ਨਾਰਦਾ ਬਚਾਰਿਆ ਈ ਜਿੱਥੇ ਫੁੱਲ ਲੈ ਕੇ ਆਉਂਦੀ ਹੈ ਕੁੱਲ ਦੁਨੀਆ ਉੱਥੇ ਟੈਂਕਾਂ ਤੋਪਾਂ ਦੇ ਨਾਲ ਸਰਕਾਰ ਆ ਪਰ ਜੇ ਗੋਲੀਆਂ ਚੜਾਈਆਂ ਗੋਲੇ ਚੜਾਏ ਬੱਟੇ ਵਿੱਚ ਮਿਲੀਆਂ ਵੀ ਗੋਲੀਆਂ ਦਰਬਾਰ ਸਾਹਿਬ ਜੇ ਕੋਈ ਪ੍ਰਸ਼ਾਦ ਚੜਾਉਂਦਾ ਕਿਰਪਾਨ ਭੇਟ ਕਰਕੇ ਉਹ ਮਿਲ ਜਾਂਦਾ ਮਾਇਆ ਚੜਾਉਂਦਾ ਸਰੂਪੇ ਮਿਲਦੇ ਆ ਤੇ ਹੁਣ ਜਿੰਨੀ ਗੋਲੀਆਂ ਭਾਵੇਂ ਪੈਦਿਆ ਹੋਵੇ ਤੇ ਭਾਵੇਂ ਹੋਵੇ ਕਿੰਦਰਾਂ ਬੱਟੇ ਵਿੱਚ ਗੋਲੀਆਂ ਹੀ ਮਿਲੀਆਂ ਇਹ ਇੱਥੇ ਤੇ ਹੱਥੋਂ ਹੱਥ ਨੂੰ ਪੈਰੇ ਨੇ ਅੱਖਾਂ ਪੁੱਟ ਕੇ ਬੇਖ ਬਹਾਦਰ ਤੇਰੇ ਖੂਨ ਨੇ ਰੰਗ ਗੁਲਜ਼ਾਰ ਦਿੱਤਾ ਉਧਰ ਗਿਆ ਨਵਾਜਿਆ ਜਾਏਗਾ ਤੂੰ ਇੱਧਰ ਕੁਰਬਾਨੀ ਦੇ ਦਿਓ ਹੁਣ ਸਾਰੇ ਸਿੰਘ ਫੈਡਰੇਸ਼ਨ ਦੇ ਸਿੰਘ ਹੋਰ ਗੁਰੂ ਪਿਆਰ ਬਾਹਮਣਾ ਦਾ ਪੁੱਤ ਭੋਲੀ ਉਹਦੇ ਨਾਲ ਸੰਤ ਕਹਿੰਦਾ ਬਾਹਮਣ ਤੇਰੀ ਮਾਂ ਕੱਲ ਗਾਲਾਂ ਕੱਢਿਆ ਕਰੂ ਸਾਧ ਆਪ ਤੇ ਮਰਿਆ ਹੀ ਸਾਡਾ ਪੁੱਤ ਵੀ ਮਰਵਾ ਤਾ ਤੂੰ ਚਲਿਆ ਗਿਆ ਉਹਨੇ ਜਿਹੜਾ ਜਵਾਬ ਦਿੱਤਾ ਨਾ ਅਜਾ ਸੰਤ ਜੀ ਇੱਥੇ ਸਦਾ ਹੀ ਨਾਲ ਰੱਖਦੇ ਰਹੇ ਹੋ ਅੱਜ ਸੱਚਖੰਡ ਚੱਲੇ ਹੋ ਤੇ ਕਹਿੰਦੇ ਹੋ ਤੂੰ ਕਿੱਥੋਂ ਨਿਕਲ ਗਿਆ ਬਾਬਾ ਜੀ ਇਹ ਸੱਚਖੰਡ ਤੋਂ ਸੱਚਖੰਡ ਮੈਨੂੰ ਨਾਲ ਨਹੀਂ ਲੈ ਕੇ ਜਾਣਾ ਉਹਨੇ ਆਪਣੀ ਹਿੱਕ ਚ ਗੋਲੀਆਂ ਖਾਧੀਆਂ ਵੀਰੋ ਮੈਂ ਬੇਨਤੀ ਕਰਾਂ ਸਾਡਾ ਹਿੰਦੂ ਨਾ ਕੋਈ ਵੈਰ ਨਹੀਂ ਉਹਦੇ ਸਾਡਾ ਹੈ ਕੋਈ ਵੈਰ ਨਹੀਂ ਸਾਡੀ ਕਿਸੇ ਧਰਮ ਨਾਲ ਲੱਗਦੀ ਨਹੀਂ ਪਰ ਔਖੇ ਹਾਂ ਸਰਕਾਰਾਂ ਤੋਂ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਣ ਕਰੇ ਗੱਦਾਰਾਂ ਤੋਂ ਇਹ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਕਦੇ ਗਿੱਲ ਤੇ ਕਦੇ ਬਰਾੜਾਂ ਤੋਂ ਪਰ ਗਿੱਲ ਬਰਾੜ ਸਾਰੇ ਮਾਰੀ ਨਹੀਂ ਸਾਰੇ ਨੂੰ ਤੋਂ ਰੱਸੇ ਨਾ ਬੰਨ ਲਈਏ ਇਹ ਸਿਰਫ ਉਹ ਗਿੱਲ ਜਿਹੜਾ ਬੁੱਚੜ ਗਿੱਲ ਤੇ ਉਹ ਦੂਜਾ ਬਰਾੜ ਉਹਨਾਂ ਦੇ ਉੱਤੇ ਸੀਮਤ ਰੱਖੀਏ ਸੰਗਤ ਜੀ ਕੁਲਵੰਤ ਸਿਆ ਗੱਲ ਕਰੀਏ ਸਿੱਖ ਕੌਮ ਚ ਆਏ ਮਸੰਦ ਕਿਉਂ ਪਾਕ ਹੈ ਸਹੀ ਸੰਤ ਕਿਉਂ ਹਾਂਜੀ ਸਿੱਖ ਕੌਮ ਦੀ ਹੈ ਮਸੰਦ ਕਿਉਂ ਸਿੱਖ ਕੌਮ ਦੀ ਆਏ ਪਸੰਦ ਕਿਉਂ ਪਾਵੇ ਸ਼ਹੀਦੀ ਸੰਤ ਕਿਉਂ ਸਿੱਖ ਰਾਜ ਦਾ ਹੋਇਆ ਅੰਤ ਕਿਉਂ ਕੁਝ ਲੋਕ ਗਿਰੇ ਕਿਰਦਾਰਾਂ ਤੋਂ
ਸੰਤਾਂ ਨਾਲ ਭਾਈ ਅਮਰੀਕ ਸਿੰਘ ਜੀ, ਸੰਤ ਜੀ ਸ਼ਹਾਦਤ ਦਾ ਜਾਨ ਬੜੇ ਪੀੜੇ, ਬੜਿਆਂ ਨੂੰ ਇੱਥੋਂ ਜਾਣ ਲਈ ਕਿਹਾ, ਉਹ ਜਾਣ ਲਈ ਤਿਆਰ ਨਹੀਂ ਹੋਏ ਤੇ ਕਈ ਚਲੇ ਵੀ ਗਏ ਆ, ਪਰ ਸੰਤ ਜੀ ਆਗਿਆ ਦਿਓ ਰਣ ਵਿੱਚ ਜੂਝ ਕੇ ਜ਼ਾਲਮ ਦੇ ਨਾਲ ਦੋ ਦੋ ਹੱਥ ਕਰਕੇ ਸ਼ਹਾਦਤ ਦਾ ਜਾਨ ਪੀਏ। ਲਓ ਭਾਈ ਅਮਰੀਕ ਸਿੰਘ ਸਾਹਿਬ ਸੰਤ ਜੀ ਅਰਦਾਸਾ ਕੀ ਕਰਦੇ ਨੇ, ਇਹ ਸਤਿਗੁਰੂ ਤੇਰੇ ਚਰਨਾਂ ਦੇ ਵਿੱਚ ਤੇਰੇ ਤਖਤ ਸਾਹਿਬ ਦੇ ਲਈ ਸਿਰ ਤਲੀ ਤੇ ਧਰ ਕੇ ਜੁੜਦੇ ਆ, ਤੇਰੇ ਪੰਥ ਲਈ ਜੁੜਦੇ ਆ। ਜਿੰਨਾ ਚਿਰ ਤੱਕ ਤੇਰੇ ਪੰਥ ਨੂੰ ਰਾਜ ਭਾਗ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਉਹਨਾਂ ਚਿਰ ਤੱਕ ਮੁੜ ਮੁੜ ਕੇ ਆਈਏ ਇਹਨੂੰ ਆਜ਼ਾਦ ਕਰਵਾਉਣ ਦੇ ਲਈ, ਅਸੀਂ ਧਰਮ ਦੇ ਲੇਖੇ ਲੱਗਦੇ ਰਹੀਏ, ਜ਼ਾਲਮ ਦੀਆਂ ਚਰਮ ਪੁੱਤਦੇ ਰਹੀਏ। ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੱਡ ਕੇ ਜੈਕਾਰੇ। ਤਕਰੀਰ ਕਰਕੇ ਸਾਲ ਨੂੰ ਤੇ ਟੁੱਟ ਪੈਣ ਲਈ ਕਹਿੰਦੇ, ਪਰ ਬਲਾਵਾ